ਐ ਫਿਰ ਜੇ ਮੈਂ ਤਾਂ ਕੰਮ ਕਰਾਉਣਾ 3000 ਰੁਪਏ ਹੋਰ ਦਿਓ ਮੈਨੂੰ ਤਾਂ ਵਧੀਆ ਕੰਮ ਚੱਲੀ ਜਾਂਦਾ ਜਿਸੇ ਹਾਂ ਚੱਲੀ ਜਾਂਦੇ ਬੇਬੇ ਪਹਿਲਾਂ ਤਾਂ ਮੈਂ ਇੱਕ ਮਿਸਤਰੀ ਤੇ ਇੱਕ ਦਿਹਾੜੀਆ ਲਿਆ ਸੀ ਫਿਰ ਮੈਂ ਇੱਕ ਹੋਰ ਲਿਆ ਮੈਂ ਕਿਹਾ ਛੇਤੀ ਕੰਮ ਖਿੱਚਿਆ ਜਾਊ ਚੱਲ ਵਧੀਆ ਐ ਦਿਨ ਛੋਟੇ ਨੇ ਵਧੀਆ ਕੰਮ ਨਿਬੜ ਜੂਗਾ ਸਹੀ ਗੱਲ ਐ ਮੈਂ ਕਿਹੜਾ ਸੋਚਿਆ ਸੀਗਾ ਵੀ ਸਾਲਾ ਜੱਬ ਨਵਾਂ ਖੜਾ ਹੋ ਜੂ ਹੁਣ ਤਾਂ ਮੈਨੂੰ ਦੇਸੀ ਵੀ ਜਾਂਦਾ ਸੀਗਾ ਮੈਂ ਕਿਹਾ ਵੀ ਕੋਠੇ ਦੀ ਛੱਤ ਤਾਂ ਮੈਂ ਕਿਹਾ ਜਾਊਗੀ ਧੋਖਾ ਦੇਊਗੀ ਇਹ ਤਾਂ ਬੜੀ ਕੰਡਮ ਹੋ ਰਹੀ ਐ ਮੈਂ ਮੈਂ ਕੌਲ ਜੀ ਕਰ ਗਿਆ ਉਦੋਂ ਹੋਰ ਤਾਂ ਮੈਨੂੰ ਵੀ ਕਿਹਾ ਸੀ ਇੱਕ ਦੋ ਵਾਰੀ ਕਹਿੰਦਾ ਬੇਬੇ ਵੀ ਖੇਤ ਵਾਲੇ ਕੋਠੇ ਦੀ ਛੱਤ ਢਹਿਣ ਵਾਲੀ ਹੋ ਰਹੀ ਐ ਹੋਰ ਬਾਲੇ ਬਾਲੇ ਕਮਜ਼ੋਰ ਹੋਏ ਪਏ ਦੀ ਹੋਰ ਉਹੀ ਤਾਂ ਗੱਲ ਐ ਤੂੰ ਹਜੇ ਵੀ ਸ਼ੁਕਰ ਕਰ ਪੁੱਤ ਵੀ ਕੋਠੇ 'ਚ ਕੁਛ ਲੈਣ ਵਗ ਜਾਂਦਾ ਬੰਦਾ ਜੇ ਉੱਤੇ ਡਿੱਗ ਜਾਂਦੀ ਉਹ ਵੀ ਸ਼ੁਕਰ ਕਰ ਪਰਮਾਤਮਾ ਦਾ ਬਚਾਅ ਹੋ ਗਿਆ ਤੇਰਾ ਤੇ ਹੋਰ ਬਚਾਅ ਤਾਂ ਰਹੀ ਗਿਆ ਇਹ ਤਾਂ ਰਾਤ ਨੂੰ ਡਿੱਗ ਪਈ ਨਹੀਂ ਮੈਂ ਸਵੇਰੇ ਜਾ ਕੇ ਕਹੀ ਕੱਢਦਾ ਉਹਨਾਂ ਕੋਠੇ 'ਚੋਂ ਜੇ ਕੁਦਰਤੀ ਰਾਤ ਨੂੰ ਨਾ ਡਿੱਗਦੀ ਮੈਂ ਤਾਂ ਜਾ ਕੇ ਕਹੀ ਕੱਢਣੀ ਤੀ ਹੋ ਗਿਆ ਤੇ ਮੇਰੇ ਤਾਂ ਕੰਮ ਨਾ ਪੁੱਤ ਇਹੋ ਜਿਹੇ ਬਾਚਨ ਨਾ ਕੱਢਿਆ ਕਰਦੇ ਮੂੰਹ 'ਚੋਂ ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਸੱਚੇ ਪਾਤਸ਼ਾਹ ਨੇ ਜਿਹਨੇ ਹੱਥ ਦੇ ਕੇ ਰੱਖ ਲਿਆ ਤੈਨੂੰ ਚੱਲ ਹੁਣ ਮਿਸਤਰੀ ਨੂੰ ਐ ਕਹਿ ਦੀ ਵੀ ਮਜ਼ਬੂਤ ਹੋਵੇ ਭਾਈ ਛੱਤ ਹੁਣ ਨਾ ਨਾ ਹੁਣ ਨਹੀਂ ਕੱਚ ਛੱਡ ਦੇ ਹੁਣ ਤਾਂ ਵਧੀਆ ਬਣਾ ਦੇਾਂਗੇ ਪਹਿਲਾਂ ਕੋਲ ਹੋ ਗਈ ਸਮਾਂ ਹੁਣ ਤਾਂ ਟੀਪ ਟੱਲੇ ਵਾਲਾ ਵੀ ਕੰਮ ਨਿਮੇੜ ਦੇਾਂਗੇ ਨਾਲ ਹੀ ਚੱਲ ਵਧੀਆ ਪੁੱਤ ਸਾਰਾ ਨਿਮੇੜ ਦੀ ਫਿਰ ਜਿਹੜਾ ਰਹਿ ਜੇ ਮੁੜ ਕੇ ਆਪਾਂ ਕੋਲ ਕਰ ਲੈਨੇ ਆ ਮੁੜ ਕੇ ਕਰਦੇ ਨਹੀਂ ਠੀਕ ਪਿਆ ਰਹਿੰਦਾ ਕੰਮ ਗੱਲ ਤਾਂ ਕੁਝ ਵੀ ਨਹੀਂ ਹੁੰਦੀ ਕੋਲ ਦੀ ਗੱਲ ਹੈ ਸਾਰੀ ਕਿੱਧਰ ਗਈ ਸੱਚ ਸੰਭਾਲ ਆਉਰੀ ਫਿਰਦੀ ਤੀ ਹੁਣ ਆਉ ਆਉਂਦੀ ਹੈ ਬਗੀ ਸੰਭਾਲ ਚਾਰ ਬੰਦਿਆਂ ਦੀ ਚਾਹ ਬਣਾ ਦੇ ਕਿਉਂ ਚਾਰ ਬੰਦਿਆਂ ਦੀ ਚਾਹ ਕੀ ਕਰਨੀ ਹੈ ਲੈ ਦੱਸ ਕੀ ਕਰਦੇ ਹੁੰਦੇ ਨੇ ਪੀਣੀ ਹੈ ਤੈਨੂੰ ਪਤਾ ਖੇਤ ਮਿਸਤਰੀ ਲੱਗੇ ਹੋਏ ਨੇ ਇੱਕ ਮਿਸਤਰੀ ਹੈ ਦੋ ਦਿਹਾੜੀਏ ਨੇ ਚੌਥਾ ਮੈਂ ਹੋ ਗਿਆ ਉਹ ਤਾਂ ਮੈਨੂੰ ਪਤਾ ਵੀ ਆਪਣੇ ਖੇਤ ਮਿਸਤਰੀ ਲੱਗੇ ਨੇ ਜਦੋਂ ਉਹਨਾਂ ਨੇ ਆਪਾਂ ਤੋਂ ਪੈਸੇ ਲੈਣੇ ਨੇ ਆਪਾਂ ਉਹਨਾਂ ਨੂੰ ਚਾਹ ਕਿਉਂ ਪਈਏ ਤੂੰ ਵੀ ਜਾਪਦੀ ਕੱਲਾ ਲੈ ਕਮਾਲ ਹੋ ਗਈ ਸਫਾਲ ਲੈ ਚਾਹ ਤਾਂ ਹੁਣ ਪਿਉਣੀ ਹੈ ਆਪਣੇ ਪਿੰਡ ਦੇ ਬੰਦੇ ਨੇ ਯਾਰ ਘਰਦਿਆਂ ਵਾਂਗੂ ਬਲਵੀਰੀ ਮਿਸਤਰੀ ਹੈ ਇੱਕ ਮੇਜਰ ਖਬਿੰਦਰ ਹੈ ਬੁੱਧੂ ਇੱਕ ਬਿੜਿਓ ਕਮਾਲ ਹੈ ਯਾਰ ਮੈਂ ਤਾਂ ਉਹਨਾਂ ਰੋਟੀ ਨੂੰ ਵੀ ਕਹੀ ਬੈਠਾ ਵੀ ਚੱਲ ਕੋਈ ਨਾ ਜੇ ਕਮਾਲ ਹੋ ਗਈ ਤੁਸੀਂ ਉਹਨੂੰ ਰੋਟੀ ਨੂੰ ਵੀ ਕਿਹਾ ਹੈ ਆਪਣੇ ਘਰੇ ਕੀ ਫਾਲਤੂ ਸੌਦਾ ਡਿੱਗ ਗਿਆ ਵੀ ਇਹਨੂੰ ਰੋਟੀ ਪਕਾ ਦਈਏ ਉਹ ਆਪਾਂ ਦੀ ਖਾਣ ਰੋਟੀ ਮੇਰੀ ਗੱਲ ਸੁਣ ਸਪਾਲ ਐ ਨਹੀਂ ਕਰੀਦਾ ਹੁੰਦਾ ਰੋਟੀ ਪਾਣੀ ਚਾਹ ਪਾਣੀ ਤਾਂ ਪਿਉਣੀ ਹੁੰਦਾ ਯਾਰ ਤੈਨੂੰ ਬੜਾ ਪਤਾ ਹੈ ਰੋਟੀ ਆਪਾਂ ਆਪਦੀ ਲੈ ਕੇ ਆਉਂਦੇ ਹੁੰਦੇ ਨੇ ਓਏ ਨਹੀਂ ਲੈ ਕੇ ਆਉਂਦੇ ਹੁੰਦੇ ਤੂੰ ਮੇਰੀ ਗੱਲ ਤਾਂ ਸੁਣ ਰੋਟੀ ਆਪੋ ਆਪਦੀ ਯਾਰ ਸ਼ਹਿਰਾਂ ਸ਼ੂਰਾਂ 'ਚ ਲੈ ਕੇ ਵਗ ਜਾਂਦੇ ਨੇ ਇਹ ਮੈਂ ਹੁਣ ਜਦੋਂ ਇਹਨਾਂ ਨੂੰ ਪੁੱਛਣ ਗਿਆ ਬਲਵੀਰੀ ਮਿਸਤਰੀ ਕੋਲੇ ਗਿਆ ਮੈਂ ਉਹਨੂੰ ਕਹਿਤਾ ਮੈਂ ਵੀ ਰੋਟੀ ਰਾਟੀ ਨਾ ਲਿਆਈ ਭਰਾਵਾ ਰੋਟੀ ਸਾਡੇ ਘਰੇ ਖਾਈ ਮੈਂ ਕਿਹਾ ਅਸੀਂ ਮੈਂ ਬੁੱਧੂ ਨੂੰ ਕਹਿਤਾ ਹੁਣ ਜੇ ਮਾਨਸਾ ਮੁਨਸਾ ਜਾਂਦੇ ਨੇ ਉਹ ਫਿਰ ਤਾਂ ਉਹ ਲੈ ਕੇ ਜਾਂਦੇ ਨੇ ਵਿਚਾਰੇ ਟਿਫਨ ਨਾਲ ਮੈਂ ਤਾਂ ਹੁਣ ਕਹਿਤਾ ਮੈਂ ਘਰ ਦੀ ਗੱਲ ਹੈ ਯਾਰ ਫਿਰ ਕੀ ਹੁੰਦਾ ਰੋਟੀ ਸਾਡੇ ਖਾ ਲਿਓ ਤੁਸੀਂ ਅਸੀਂ ਫਿਰ ਮੈਂ ਮੇਜਰ ਕਵਿੰਦਰ ਨੂੰ ਕਿਹਾ ਤੂੰ ਵੀ ਨਾ ਲਿਆਈ ਭਰਾਵਾ ਮੈਂ ਫਿਰ ਦੱਸ ਕੀ ਗਲਤ ਕਰਤਾ ਇਹ 'ਚ ਹੁਣ ਰੋਟੀ ਖਾ ਲੈਣਗੇ ਤਾਂ ਕੀ ਹੁੰਦਾ ਬਿੰਦਰ ਕਹਿੰਦਾ ਚਾਰ ਚਾਰ ਰੋਟੀਆਂ ਵੱਧ ਲਿਆਈ ਕਹਿੰਦਾ ਦੁਪਹਿਰੇ ਵੀ ਭੁੱਖ ਲੱਗਦੀ ਹੈ ਆ ਲੱਗਦੀ ਆ ਉਹਨੂੰ ਭੁੱਖ ਵੱਡੇ ਭੁੱਖੜਦਾਸ ਨੂੰ ਨਾਲੇ ਮੇਰੀ ਗੱਲ ਸੁਣ ਉਹਨਾਂ ਦੀ ਦਿਹਾੜੀ 'ਚੋਂ 50-50 ਰੁਪਏ ਕੱਟ ਲਈ ਰੋਟੀ ਅਤੇ ਚਾਹ ਦੇ ਫਿਰ ਮਿਲਿਆ ਕਰ ਉਹਨਾਂ ਰੋਟੀ ਅਤੇ ਚਾਹ ਲੈ ਦੱਸ ਕਮਾਲ ਹੋ ਗਈ ਯਾਰ ਚੱਲ ਤੂੰ ਚਾਹ ਬਣਾ ਚਾਰ ਬੰਦਿਆਂ ਦੀ ਕੱਟ ਲਾਂਗੇ ਕੋਈ ਨਾ ਚੱਲ ਮੇਰੀ ਗੱਲ ਸੁਣ ਮੈਨੂੰ ਪਤਾ ਸਾਰਾ ਤੇ ਕੱਟਣੇ ਨਹੀਂ ਹੈਗੇ ਕਿੰਨੀਆਂ ਦਿਹਾੜੀਆਂ ਲੱਗਣਗੀਆਂ ਭਲਾ ਲੈ ਕੱਟਣੇ ਕਿਉਂ ਨਹੀਂ ਯਾਰ ਕੱਟ ਲੂੰ ਮੈਂ ਦਿਨ ਤਾਂ ਉਹਦੇ ਦੋ ਤਾਂ ਲੱਗੀ ਜਾਣਗੇ ਫਿਰ ਇੱਕ ਦਿਨ ਦਾ 3 ਜਣਿਆਂ ਦਾ 50-50 ਦੇ ਹਿਸਾਬ ਨਾਲ 150 ਰੁਪਏ ਬਣ ਗਿਆ ਦੋ ਦਿਨਾਂ ਦਾ ਬਣਿਆ 300 ਮੈਨੂੰ ਪਤਾ ਹੈ ਤੂੰ ਕੱਟਣੇ ਨਹੀਂ ਹੈਗੇ ਤੂੰ ਮੈਨੂੰ ਫੜਾ ਇਧਰ 300 ਲੈ ਦੱਸ ਜੇ ਤੈਨੂੰ ਕਹਿਤਾ ਕੱਟ ਲੂੰਗਾ ਯਾਰ ਆਹੋ ਮੈਨੂੰ ਸਾਰਾ ਪਤਾ ਹੈ ਤੂੰ 300 ਰੁਪਏ ਫੜਾ ਮੈਨੂੰ ਤੈ ਨਹੀਂ ਕੱਟਣੇ ਹੈਗੇ ਚੁੱਪ ਕਰਕੇ ਫੜਾ 300 ਰੁਪਇਆ ਲੈ ਹੁਣ ਤਾਂ ਤੈਨੂੰ ਯਕੀਨ ਹੋ ਗਿਆ ਆਹੋ ਹੋ ਜੂ ਲੈ ਇਹ ਆਪਦਾ 300 ਰੁਪਇਆ ਬਣਾ ਗਈ ਵਿੱਚੋਂ ਹੋਰ ਬੇਬੇ ਪਤਾ ਇਹਨੂੰ ਵੀ ਹੈ ਵੀ ਪੈਸੇ ਤਾਂ ਇਹ ਪੂਰੀ ਦੇਊਗਾ ਇਹਨਾਂ ਨੂੰ ਵੀ ਸਕੀਮ ਲਾ ਗਈ 300 ਰੁਪਇਆ ਬਣਾ ਗਈ ਵਿੱਚੋਂ ਬਣਾ ਗਈ ਆਪਦੀ ਦਿਹਾੜੀ ਸਹੀ ਗੱਲ ਹੈ ਇਹਨੇ ਹਰੇਕ ਗੱਲ 'ਚ ਆਪਦਾ ਲਾਲਚ ਰੱਖਣਾ ਹੁੰਦਾ ਤੇ ਹੋਰ ਬੇਬੇ ਐਡੀ ਲਾਲਚੀ ਜਨਾਨੀ ਮੈਂ ਨਹੀਂ ਦੇਖਣੀ ਹੋਰ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਮੈਨੂੰ ਐਡੀ ਲਾਲਚੀ ਨੂੰ ਮਿਲੂਗੀ ਹਰੇਕ ਕੰਮ 'ਚ ਇਹਨੇ ਪੈਸੇ ਬਾਰੇ ਸੋਚਣਾ ਹੁੰਦਾ ਵੀ ਕਿਵੇਂ ਬਣੇ ਹਰੇਕ ਕੰਮ 'ਚ ਕੰਜੂਸੀ ਇਹਨੇ ਕਰਨੀ ਹੀ ਹੁੰਦੀ ਹੈ ਉਹੀ ਤਾਂ ਗੱਲ ਹੈ ਬੇਬੇ ਆਹ ਦੇਖ ਲੈ ਰੋਟੀ ਚਾਹ ਪਿੱਛੇ ਅੜੀ ਜਾਂਦੀ ਹੈ ਫਿਰ ਕੀ ਹੋ ਜੂਗਾ ਵਿਚਾਰੇ ਦੋ ਦਿਨ ਆਪਣੇ ਰੋਟੀ ਖਾ ਲੈਣਗੇ ਕਿੱਡੀ ਗੱਲ ਹੈ ਇਹ ਹੋਰ ਇਹ ਤਾਂ ਸਮਾਂ ਪੁੰਨ ਦਾ ਕੰਮ ਹੁੰਦਾ ਆਪਣੇ ਘਰ ਦਾ ਨਾਜ ਕਿਸੇ ਦੇ ਮੂੰਹ 'ਚ ਪੈਂਦਾ ਹੋਰ ਦੇਖ ਲੈ ਸੋਚ ਤਾਂ ਇਹਦੀ ਛੋਟੀ ਹੈ
लालची तो हैगी है, नाल सोच भी छोटी है। होर सही गल है, सोच बहुत छोटी है भाई यदि तो होर ये तो आपू भी नहीं बख्शती, घट्टो घट आप बख्श दे। एक मिनट च 300 रुपया कढ़ा के ले गई मेरी जेब चो। बस पुछना, इनू तो दिनों दिन लालच बढ़ता जाता है। सही गल है। मोबाइल ते चार्जर ही नहीं लगता है यार, मैनू लगता लीड खराब हो गई। लग ही नहीं रहा है ता अड्डे तो जाके लिया। मैं आहो हूं लीड तो 100 रुपया खराब कर दे तू। ले खराब कदा करना यार, लीड तो हूं लियानी है। कमाल है यार तेरे कणियों। आहो कमाल तो मैं करनी होती, पैसे की कदर करनी पैंदी है। आ पैसे की कदर करनी पैंदी है, आपदी लोड़ दी चीजां भी ना खरीदो है ना। पता नहीं की गोला बज गया चार्जर नू। भाभी जस्सा घर ही है ना? भाई अड्डे ते गया चार्जर दी लीड बदलाउण। अच्छा अच्छा ताई आला जस्से ने मैनू पैसे कहा सी, कहंदा घरे फड़ा आई फड़ा दियो तुसी। 5000 रुपया कहा सी उहने। बह जा मिंद्रा। बस ताई मैं ना एक दो काम होर करने हैगे, चल जानना मैं ता। चल ठीक है। ले ओनू फड़ाउण दी होगी, मैनू नहीं फड़ाए गए। लै दस तैनू फड़ाउण तुर गया पैसे, मैनू नहीं फड़ा सकदा तू रे। चल फिर की हो गया? होना तो की है, ले मैनू फड़ा दे पैसे। कोई गल नहीं फड़ा दूंगी मैं जस्से नू। ले फड़ा फिर, मेरे तो कहीं फड़ाए नहीं जाने, मैं फड़ा दूंगी जस्से नू। ले फड़। जैसे मैनू बिंदर 5000 फड़ा गया थी, ते आख्या होना पुत्तो नू। हाँ आख्या दे, मगर मैं इत्थों आड़तियां ते जाय नहीं जांदा, ठंड जी करके दो दिन मैं तैनू फेर लिया के दे दूंगा। मैं 5000 फड़ा जी। चल फड़ा ही दे फिर मैनू तू। ओ तां पुत्त मेरे तो सुखपाल फड़ के लै गई, कहिंदी मैनू ओह क्यों नहीं फड़ा के गया, फड़ा ओरा मैनू। अच्छा होर तूं गानू फड़ाउणे दी, ओह तां बग गए हुण पताल च, हुण कित्थों मिलणगे ओह। फिर जदों पुत्तो ने मंग लिया फिर मैनू तां फड़ाउणे पैणगे। मैं कहा थी भी मैं फड़ा दूंगी जस्से नू, मेरे तो कड़ा फड़ाए नहीं जाने। बस इन्हें तो फड़ाते मैनू। मैं तो लोड़ वास्ते मंगे थी बिंदर तो, उही कम हो गया ना बेबे, हुण कादे देने इन्हें मैनू। चल तू मंग के तो देख लै की पता देई देवे। तू कह दे मैं तो लोड़ वास्ते मंगे थी बिंदर तो। देख लैना कह के, पर मैनू तो नहीं लगता है। चल देख लै। उही कम हो गया। सुपाल वो जेडे बिंदर फड़ा के गया थी पैसे, वो फड़ाई मैनू, लोड़ थी मैनू। क्यों तू की करने ने? ले मैं करने ने, मेरे को है नहीं वरतन। मैं ही कहा थी बिंदर, मैं 5000 रुपया फड़ा जा यार, मैं इतों आड़ती जाया नहीं जाता। मैं जो मैं गया तेन लिया के दे दूंगा, हूँ परसों चौथे तक जाऊँगा मैं, फिर उन्होंने मोड़ूंगा। उन्ना चेर हूँ वरतन तो चाहिए ने घरे पैसे, लिया फड़ा दे मैनू। वो नहीं तेन मिलते हो तो मैं धरते, मैनू भी लोड़ पाई जाती है कदे। वो मैं काके मकैनिक देने यार 1500 रुपया तो मोटरसाइकिल वाले, मैं ता ही तो मंगे दी गए मिंदर तो, लोड़ है मैनू लिया फड़ा दे मैनू। कोई गल नहीं बख्शा पाए फिर दे दी, जमें कहता हैगा आड़ती है तू ओ तो दिते जाएंगे, जा फिर बेबे की पेंशन आँदी है बापू वाली, वो तो फड़ के दे दे। ले पेंशन अजे अड़ी खड़ी हैगी, 10000 रुपया मिलता है बेबे नू, 3000 तो बेचारे दवाई ते लग जाता है, बाकी इन्हें फड़ाते थे मैनू लागे कबीलदारी च घर दी च। कोई गल नहीं आड़ती है जावे कहता हैगा फिर उदों दे दी मकैनिक नू आड़ती दे लिया के। ले यार इन्ने दिन खड़ाऊंगा उहनू मैं, 5 दिन हो गए मोटरसाइकिल दा काम कराए नू, ऐ खड़ा रहू बेचारा वो। कोई गल नहीं जिथे 5 दिन खड़ गया 2 दिन होर खड़ जू, ऐ मरता नहीं चलिया हो। वो तो हुण मैं रख ले, मैनू भी लोड़ पै जांदी है, 100 आसे पासे लोड़ पैंदी है मैनू। हां ले कमाल है यार, है इदू तां फिर मैं बिंदर तों मंगदे ही ना, नहीं तां मैं 5000 दा कर्जा चढ़ा के बह गया, देने तां उहनू पैणगी हुण। मंगा खड़ा हो गया। ले
मैं फिर कहां तू मांगदा हूं। देते पुत्ता कादा देते उन्हें कथे देने थी के वही खाम खा तू भी फड़ाते चंगा भला जो तेन बिंदर फड़ा गया पैसे तू आप दे कोले रख हूँ उन्हें कादे देने मैं तो करजई होके बह गया नाले बिंदर का उन्होंने तो मोड़ने पैण गए हूँ नाले मेरे पल्ले नहीं आए जो इन्हें मंगी ले पुत्ता फिर दस मैं की कर दी जे मैं ना फड़ाऊंगी फिर मेरे नाल कलेश पा लेंदी तेन चंगा भला पता तो है पुत्ते दे सुभा दा पता तो है मैं तो ए कहना तू उरां पर ही रिस्क जांदी लेके जो आया थी उरां पर कितने रिस्क जांदी लवे तो मेरे बैठी थी ओ दबे बैठी थी होर किमिया सुखपाला करिए नहीं कम धंधे हाँ भेने नमेड़ कम धंधे तो आ जिमी आंदी तो अंदर भाई ठंड वाली है बारी होर ठंड तो है आ पिछली बारी ठंड लग गई थी डॉक्टर गया ढाई जाने घट ने 800 रुपया ले गया थी फिर अं लेंदे भेने डॉक्टर तो होर मैं आख ऊ बचत रख लो चल आ जाओ बैठी ताई ता मैं इस तू बच के लंघी भेने मार दी मैं जा लो बैठी ताई चंगा मैं जानी भेने बेबे को मैं इधर मैं जा कम जा करती सासरी कर ताई सासरी कर पुत्ता हो ठीक है हाँ ठीक पुत्त बह जा होर करे परिवार ठीक थी सारा ठीक सी ताई वधिया चल वधिया पुत्त कल पिंडों फोन आया मेरे भाई दा उन्हें तो ऊ फोन करे सी बेचारे ने हाल चाल पूछण दे मारे ने गल्लां जियां तो पता लग गया बापू ढिल्ला हो रहा मैनूं तो फिक्र जा लग गया मैं आख्या भाई कल नूं मैं आऊंगी पता लैण चल बापू दा हुण कल नूं जाऊंगी ताई मैं मेरे बापू दा पता लैण अच्छा चल कोई गल नहीं पुत्त जा
ठंड है पुत्त, बना लैनी है, रहन दे। क्यों तू किधर बनाएगी ताई? मैं ताए कहनी है चल सुखपाल बना लूगी। नहीं छड़ तू बना लूगी, ओहो मैं ही बना लैनी हां। ले बनाउनु की हां बना लूगी, ओनु कह दे ताई सुखपाल नु। सुखपाल चाय बना ले कुट। चाय हुन तो पी के हटें दे बेबा, आधा घंटा होया हजे। मैं तो पम्मी करके कहंदी थी, नाले आधा घंटा क्यों होया? घंटा हो गया, बना ले कुट कुट पी लांगे। पम्मी आ रही है नाले। ले पम्मी आपदे घर पी के आई है कि नहीं? पम्मी करो तो पींदी रहने हां। मैं तो ताई नू कहा सी भी रहन दे, ताई कहंदी कोई ना बना लेने पी लांगे। अच्छा अच्छा कोई ना बना लाने, दस रुपये लगनगे। तेन पता ही है दुकान वाले ज्यादा कप दस रुपये वाला बेचते ने। कोई ना भेने देवे, दस रुपये की केड़ी गल है। ले फड़ा फिर कदों देवेंगी कड। ले मेरे को पंजा का नोट है, मैं सोचा सी जाती जाती ना पप्पू की दुकान तो पकौड़े लेके जाऊंगी, आलू पकौड़े करांगे महाथने। ले तू रख लै, नाले दस क्यों भी कट लै, ती मेरे मोड़ दे। लिया मोड़ दनी है ਐਵੇਂ ਨੀ ਪਕਾਈ ਮਾਰੀ ਦੀ ਹੁੰਦੀ ਸੁਖਪਾਲ। ਫੜਾ ਪੈਸੇ ਪੰਮੀ ਨੂੰ, ਹੁਣੇ ਤੋਂ ਚਾਹ ਦੇ ਕੱਪ ਦੇ ਪੈਸੇ ਲਵੇਂਗੀ ਤੂੰ, ਮਾੜੀ ਮੋਟੀ ਸ਼ਰਮ ਕਰ। ਮੈਂ ਤਾਂ ਹੱਸੀ ਜਾਂਦੀ ਹਾਂ ਬੇਬੇ। ਫਿਰ ਫੜਾ ਪੁੱਤੇ ਨੂੰ ਪੈਸੇ। ਲੈ ਮੈਂ ਚਾਹ ਬਣਾ ਕੇ ਲਿਆਉਣੀ ਆ। ਲੈ ਕਮਾਲ ਹੋਈ ਪਈ ਹੈ ਇਹਦੀ, ਵੀ ਮਾੜੀ ਮੋਟੀ ਤਾਂ ਸ਼ਰਮ ਕਰ ਲੇ। ਨਾ ਮੈਨੂੰ ਲੱਗਦਾ ਤਾਈ ਮਖੌਲ ਕਰੀ ਜਾਂਦੀ ਸੀ ਮੇਰੇ ਨਾਲ। ਨੀ ਮਖੌਲ ਕਾਹਦਾ, ਤੈਨੂੰ ਕੀ ਪਤਾ ਪੰਮੀ, ਇਹ ਬਹੁਤ ਲਾਲਚੀ ਹੈ, ਇਹਨੇ ਸੱਚੀ ਰੱਖ ਲੈਣੇ ਤੀ ਪੈਸੇ। ਨੀ ਅਸੀਂ ਤਾਂ ਇਹ ਤੋਂ ਅੱਕੇ ਪਏ ਹਾਂ, ਇੰਨਾ ਲਾਲਚ ਇੰਨਾ ਲਾਲਚ, ਹਰੇਕ ਗੱਲ 'ਚ ਐਂ ਭਾਲਦੀ ਹੈ ਮੈਂ ਫਾਇਦਾ ਖੱਟ ਲਾਂ। ਅੱਛਾ ਅੱਛਾ ਤਾਈ, ਮੈਂ ਵੀ ਇਹਦੀਆਂ ਕਈ ਗੱਲਾਂ ਨੋਟ ਜੀਆਂ ਕਰੀਆਂ ਨੇ। ਮੈਂ ਵੀ ਸੋਚਦੀ ਹੁੰਦੀ ਹਾਂ ਵੀ ਸੁਖਪਾਲ ਪੈਸੇ ਦਾ ਥੋੜ੍ਹਾ ਜਿਹਾ ਵੱਧ ਨਹੀਂ ਲਾਲਚ ਕਰਦੀ। ਨੀ ਬਾਲਾ ਬਸ ਪੁੱਛਣਾ, ਇਹ ਤਾਂ ਮੈਨੂੰ ਤੇ ਜੱਸੇ ਨੂੰ ਵੀ ਨਹੀਂ ਬਖਸ਼ਦੀ। ਲੈ ਇੱਕ ਹੋਰ ਸੁਣ ਲੈ, ਜੱਸੇ ਨੇ ਕਿਤੇ ਬਿੰਦਰ ਤੋਂ 5,000 ਧਾਰਾ ਮੰਗਿਆ ਹੋਣਾ ਵੀ ਤੇਰਾ 3-4 ਦਿਨਾਂ 'ਤੇ ਮੋੜ ਦੂੰਗਾ। ਬਿੰਦਰ ਭਾਈ ਮੈਨੂੰ ਫੜਾ ਗਿਆ 5,000 ਰੁਪਇਆ ਵਿਚਾਰਾ, ਇਹ ਵੀ ਉੱਥੇ ਬੈਠੀ ਤੀ ਮੈਂ ਉਰੇ ਬੈਠੀ ਤੀ। ਮੈਂ ਕਹਿੰਦੀ ਬਿੰਦਰ ਵੱਗ ਗਿਆ ਜਦੋਂ, ਮੈਨੂੰ ਕਿਉਂ ਨਹੀਂ ਫੜਾ ਕੇ ਗਿਆ? ਕਹਿੰਦੀ ਮੇਰੇ ਕੋਲ ਵੱਗ ਗਈ, ਲਿਆ ਉਰਾ ਫੜਾ ਮੈਨੂੰ 5,000। ਮੇਰੇ ਤੋਂ ਤਾਂ ਉਹਦੀ ਫੜ ਕੇ ਲੈ ਗਈ ਇਹ। ਮੈਂ ਕਿਹਾ ਵੀ ਮੈਂ ਜੱਸੇ ਨੂੰ ਫੜਾ ਦੂੰਗੀ, ਮੇਰੇ ਤੋਂ ਕੀ ਫੜਾਏ ਨਹੀਂ ਜਾਣੇ, ਫਿਰ ਵੀ ਮੇਰੇ ਤੋਂ ਫੜ ਲਏ। ਬਸ ਫਿਰ ਇਹਨੇ ਜੱਸੇ ਨੂੰ ਕਾਹਦੇ ਫੜਾਉਣੇ ਤੀ, ਹਾੜੇ ਕੱਢ ਕੇ ਬਹਿ ਗਿਆ ਵਿਚਾਰਾ, ਦਿੱਤੀ ਨਹੀਂ ਹੈਗੀ ਜੱਸੇ ਨੂੰ। ਆਹੋ ਮੈਨੂੰ ਦੱਸ ਕੇ ਆਇਆ ਸੀ ਬਿੰਦਰ, ਕਹਿੰਦਾ ਜੱਸੇ ਬਾਈ ਨੂੰ ਮੈਂ 5,000 ਰੁਪਇਆ ਫੜਾ ਕੇ ਆਉਣਾ। ਲੈ ਕਮਾਲ ਕਰ ਗਈ ਦੇਖ ਲੈ ਹੈਂ, ਹੋਰ ਮੇਰੇ ਤੋਂ ਫੜ ਕੇ ਦੱਬੀ ਗਈ। ਲੈ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਦੀ, ਉਹਨੂੰ ਅਗਲੇ ਨੂੰ ਲੋੜ ਹੋਊਗੀ, ਤਾਂ ਹੀ ਉਹਨੇ ਮੰਗੇ ਸੀ ਉੱਥੋਂ। ਤੇ ਹੋਰ ਇੱਕ ਤਾਂ ਉਹਨੇ ਮੋਟਰਸਾਈਕਲ ਵਾਲੇ ਨੂੰ ਦੇਣੇ ਤੀ, 1,500 ਰੁਪਇਆ ਉਹਦਾ ਬਣਿਆ ਪਿਆ ਮਿਸਤਰੀ ਦਾ, ਤੇ ਬਾਕੀ ਨਿੱਕੀਆਂ ਮੋਟੀਆਂ ਟੋਕਾਂ ਹੋਰ ਵੀ ਦੇਣੀਆਂ ਤੀਆਂ।
बाकी वह कहता बंदे की जेब च भी 2500-2000 होना चाहिए है, आ धुंद पैंदी है ठंड करके आड़ती है जान दी घोल कर गया भी बंदे नू पैसे की तो लोड़ ही रही है, देख सारा दिन कोई चीज लियानी पै जाती है, अज गया बेचारा आड़तियां दे ठंड च मरदा, तेनू पता गल तो उत्थे दी उत्थे रहेगी पैसे तो वह रखगी। फिर होर उन्हें तो बेचारे ने जाने सी वह की करे, माड़ी गल है इहदी ताई। बस पुछना की कहिए पम्मी इहनू। होर उही तो गल है, बेबे नूं लग्या कि मैं सच्ची पैसे रखन लगी हां। होर मैनू तां लगनी थी जो तां फड़ी लेते। लै मैं तां मखौल कर दी थी, मैं तां चाहते पैसे थोड़ा लैन लगी हां, आखिर मेरी दराणी लगती है। होर जस्सा तविंदर भाई तो है ना चाचे ताया दे मुंडे ने, ए भी नूंही है मेरी। अई तो मैं कहनी हाँ बेबे ये तो चाहते पैसे मैं थोड़ी लूंगी, ये तो मेरी दराणी लगती है, जे कोई होर हो तो ले भी लीजिए। घरें आए मेहमान तो थोड़ी लेने ने, कोई भी हो आपा कड़ा चाह की दुकान खोली है भी पैसे लेने ने किसी तो, ये तो मान तान होंगे बंदे का। सही गल है। आहो मान तान के बिच आपका कुंडा करा के बेहजो, चावड़ मुका के बेहजो। चल चंगा फिर भाई। मैं रखी आवा गिलास भी ते ठोडा बज के होर नुकसान हो जाए। ले सुन ली आई दियां गल्लां कईयां जियां गल्लां कर दी थी। होर उही तां गल ताई, सोच बाली छोटी है दी, मैं तां हैरान आए ते। हां ताई ये तां गल तेरी सही है, सोच तां बाली छोटी है दी। होर किधरों साडे कर्मां च तरी पई थी ये, मैं तां सोचिया भी नहीं थी कदे भी मैनू यही जी नूं मिलूगी। चल कोई ना ताई, कर्मां दीआं गल्लां हुंदीआं ने, बाकी परमात्मा इहनूं समत बख्शे। होर उही तां कहिंदे आ भी परमात्मा इहनूं समत बख्श, माड़ी मोटी लालच घटे इहदा, सोच बदले इहदी। चल कोई ना ताई, बदल जूगी कोई गल नहीं। चल चंगा ताई, फिर मैं तां जांदी आ हैं, फिर मारूं तेरे लवे गेड़ा कदे। चल चंगा पुत्त। जांदी आ पम्मी? हां भैण जांदी आ। चल कोई ना, तेरे कनी धार रह गया मेरा चाहदा कप, मैं मारूंगी इक नदे दिन थी जेड़ा तेरे कनी। कोई ना भेणे, कदों मर्जी आ जी, आ केड़ी गल करती ते चाल। अच्छा यार वो पैसे आप ही रख गई, ताही तां मैं ताई नूं फड़ाए सी गाह जाके, मैनू जस्से ने एक दो वारी हिंट जे दित्ते आ वी उहनूं आ चीज़ ना फड़ाई, आ चीज़ ना फड़ाई, बताइए तो मैं ताई फड़ाए सी। ये तो ताई की भी गलती है, फिर उन्हें गाह क्यों फड़ाए उन्हू। लताई बेचारी की कर दी, ताई तो फड़ ले, ताई बेचारी कलेस तो डरती होगी, कहती जस्सा बाई भी मिन्नत करके हट गया, उन्हू दत्ते नहीं बेचारी नू, हार क्यों बेचारा जा आड़ती है गया इन्नी ठंड च पैसे लैन। कमाल होगी यार, ये तो फिर माड़ी गल वास्ते, भाभी माड़ा मोटा तो सोचना चाहिए। माड़ा मोटा कहदा सोचना सी जो सोच ही वाली छोटी है। लै होर सुन लै, ताई मैनू कहंदी पुत चाह पी के जाई, मैं चाह बना के लियानी आ। मैं तां ताई नू कह भी दिता सी भी रहन दे ताई, ताई कहंदी ना पुत ठंड है पी के जाई जरूर। मैं क्या ताई तू क्यों बना के लियानी आ, तू सुखपाल नू कह दे। चल इन्ने नू सुखपाल नेड़े आ गई, ताई ने सुखपाल नू कहता, कहंदी सुखपाल चाह बना के लिया दे पम्मी आई है। कहंदी पम्मी आपदे घरों पी के आई होनी। मैं क्या भाई हाँ घरे तो पीने ही आ, सारे ही पीने देखा, वो तो ताई ने कहता मैनू भी चल मैं चाह बना के लियानी आ। फिर कहंदी मूहरों हस के चलाकी नाल कहंदी चाह दे 10 रुपये लगनगे। मैं कहा भाई चल कोई गल नहीं, 10 रुपये ले ली। मैंने कहती लैफड़ा कड के, मेरे को 50 रुपये से मैं कड के देते। मैं कहा भाई 10 की बजाय तू 20 कट ले, 30 मैं मोड़ दे, मैं जाती जाती पप्पू की दुकान तो पकौड़े ले जू दाल आले। अच्छा फिर तो कच्चा जहा मार दू है। लै दस तू कच्चा मारन की गल कर दा, उन्हें आराम नाल फड़ लिया कहती लैफड़ा। वो तो ताई ने माड़ी मोटी बेशर्मी दी, फिर मैनू कच्ची हुंदी ने पैसे मोड़ते, कहंदी मैं पैसे तो थोड़ा लेने सी, मैं तो मजाक करदी सी। ताई ने समा मैनू कहा कहंदी उन्हें तो सच्ची रख लेने सी। ले दस एह जी आ। कमाल हो गई यार, मैं तो तेरी गल सुन के हैरान ही रह गया, एडी माड़ी सोच। ते होर बाद च जदों असीं चाह पी जांदियां सी कहंदी मैं इहतों पैसे थोड़ी लेने सी, इह तां मेरी दराणी लगदी है, जे कोई होर हुंदा तां लै लैंदे। इहदा मतलब जिहड़े पैसे उहने मैतों लैते सी उह तां रख लैंदी, जे ताई माड़ी मोटी बेशर्मी उहनूं ना दिंदी। हाँ रख लेने से उन्हें तां, नहीं तो इत्थों फड़दी क्यों। पहली गल तो सियाणा बंदा इहो जी गल ही नहीं करदा हुंदा जदों कोई घरे आया गया आया होवे। उही तां गल है, फिर मैनूं आउण लगी नूं कहंदी तेरे कड़ी चाह दा कप धारा रह गया,
ਕਿਸੇ ਦਿਨ ਮੈਂ ਆਉਂਗੀ ਤੇਰੇ ਘਰੇ। ਮੈਂ ਕਿਹਾ ਤੂੰ ਜਦੋਂ ਮਰਜ਼ੀ ਆ ਜਾਈ, ਇਹ ਕਿਹੜੀ ਗੱਲ ਹੈ? ਆਹੋ ਸਹੀ ਗੱਲ ਹੈ, ਸਾਡੇ ਘਰੋਂ ਚਾਹੇ 50 ਕੱਪ ਪੀ ਜੀਗਾ। ਉਹੀ ਤਾਂ ਗੱਲ ਹੈ, ਤਾਈ ਵਿਚਾਰੀ ਦੁੱਖ ਰੋਂਦੀ ਸੀ ਮੇਰੇ ਕੋਲ, ਕਹਿੰਦੀ ਸਾਡੇ ਕਰਮਾਂ 'ਚ ਕਿੱਥੇ ਤਰੀ ਪਈ ਸੀ। ਮੈਂ ਕਿਹਾ ਚੱਲ ਕੋਈ ਨਾ ਤਾਈ, ਪਰਮਾਤਮਾ ਸਮਰਥ ਬਖਸ਼ੂਗਾ ਇਹਨੂੰ ਕਿਤੇ ਨਾ ਕਿਤੇ। ਤਾਂ ਤਾਈ ਨੇ ਵਿਚਾਰੀ ਨੂੰ ਦੁੱਖੜੇ ਤਾਂ ਰੋਣੀ ਸੀ, ਇਹੋ ਜਿਹਾ ਬੰਦਾ ਤਾਂ ਦੂਜਿਆਂ ਦੇ ਵੀ ਬਦਨਾਮੀ ਕਰਾਉਂਦਾ ਹੈ। ਅਗਲਾ ਐਂ ਸੋਚਦਾ ਵੀ ਸਾਰੀ ਖਣੀ ਇਹੋ ਜਿਹੇ ਹੋਣਗੇ। ਸਹੀ ਗੱਲ ਹੈ। ਦੁੱਧ ਵੀ ਥੋੜ੍ਹੀ ਦਿੱਤਾ ਮੈਂ ਸਨੇਤਾ ਅੱਜ ਠੰਡ ਕਰਕੇ। ਹੋਰ ਠੰਡ 'ਚ ਫਰਕ ਪੈ ਜਾਂਦਾ ਭਾਈ, ਨਵਾਈਆਂ ਦਵਾਈਆਂ ਹੀ ਜਾਂਦੀਆਂ। ਹੋਰ ਇੰਨੇ ਨਾਲ ਹੀ ਫਰਕ ਪੈ ਜਾਂਦਾ ਪਸ਼ੂ ਦਾ। ਕਿਵੇਂ ਅਵਿੰਦਰ? ਠੀਕ ਹੈ ਬਾਈ, ਵਧੀਆ। ਮੈਂ ਤਾਂ ਪੰਪ ਜਿਹਾ ਪਤਾ ਕਰਨ ਆਇਆ ਸੀ, ਹਵਾ ਭਰਨ ਵਾਲਾ ਆਪਣੇ ਹੈਗਾ ਪੰਪ? ਹਾਂ। ਮੈਂ ਕਿਹਾ ਹਵਾ ਭਰ ਕੇ ਮੈਂ ਪੈਂਚਰ ਵਾਲੇ ਦੇ ਲੈ ਜੂੰਗਾ ਯਾਰ, ਮੋਟਰ ਨਾਲ ਪੈਂਚਰ ਹੋ ਰਿਹਾ ਮੇਰਾ। ਅੱਛਾ ਅੱਛਾ, ਲੈ ਆਉਣਾ ਮੈਂ। ਲੈ ਜਾ ਬਾਈ ਇੰਦਰਾ। ਬਸ ਤਾਈ ਬੈਠੇ। ਹੋਰ ਐਂ ਹੋ ਜਾਂਦਾ ਬਾਈ, ਸੜਕ ਤੋਂ ਕੋਈ ਮੇਖ ਗੁੱਡ ਜਾਂਦੀ ਹੈ। ਹਾਂ ਤਾਈ, ਪਤਾ ਨਹੀਂ ਚੰਗਾ ਭਲਾ ਲੈ ਕੇ ਖੜਾ ਹੈਗਾ। ਹੂੰ, ਕੋਈ ਦਿਖੀ ਤਾਂ ਹੈ ਨਹੀਂ ਮੈਨੂੰ ਮੇਖ ਮੂਖ ਜੀ, ਉਹੀ ਭਾਲੂਗਾ ਪੈਂਚਰਾਂ ਵਾਲਾ। ਹਾਂ ਉਹੀ ਭਾਲੂ ਤਾਂ। ਮੈਨੂੰ ਲੱਗਦਾ ਬਿੰਦਰਾ ਤੂੰ ਜੱਸੇ ਤੋਂ 2 ਸਾਲ ਛੋਟਾ ਹੋਵੇਂਗਾ, ਹਨਾ? ਹਾਂ ਹਾਂ ਤਾਈ, 2 ਸਾਲ ਹੈਗਾ ਛੋਟਾ, ਬਸ ਕੀ ਕਹਿਣਾ, 1 ਮਹੀਨੇ ਦਾ ਫਰਕ ਹੋਵੇ। ਹਾਂ ਪਹਿਲਾਂ ਮੈਂ ਤੇ ਜੱਸਾ ਵੀ ਗੱਲਾਂ ਕਰੀ ਜਾਂਦੇ ਸੀ, ਅੱਜ ਜਨਮ ਦਿਨ ਹੈ ਨਾ ਜੱਸੇ ਦਾ, ਤਾਂ ਕਰਕੇ ਗੱਲਾਂ ਚੱਲ ਪਈਆਂ ਸਾਡੀਆਂ। ਅੱਛਾ ਬਾਈ ਦਾ ਜਨਮ ਦਿਨ ਅੱਜ, ਫਿਰ ਤਾਂ ਵਧਾਈਆਂ ਤਾਈ ਤੈਨੂੰ। ਸਭਾ ਵਧਾਈਆਂ ਪੁੱਤ ਤੈਨੂੰ। ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ, ਫਿਰ ਤਾਂ ਪਾਰਟੀ ਹੋ ਗਈ ਬਾਈ ਸਿਰ। ਲੈ ਬਿੰਦਰ। ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਾਈ, ਵਧਾਈਆਂ ਤੈਨੂੰ। ਧੰਨਵਾਦ ਬਾਈ, ਧੰਨਵਾਦ। ਪਾਰਟੀ ਹੋ ਗਈ ਹੁਣ ਤੇਰੇ ਸਿਰ। ਲੈ ਪਾਰਟੀ ਤੋਂ ਭੱਜਦੇ ਆਪਾਂ, ਆ ਜਿਓ ਤੂੰ ਤੇ ਪੰਮੀ ਇੱਧਰ, ਨਾਲੇ ਰੋਟੀ ਰਾਟੀ ਖਾਵਾਂਗੇ, ਨਾਲੇ ਮੂੰਹ ਕਾੜਾ ਕਰਾਵਾਂਗੇ ਤੇਰਾ। ਠੀਕ ਹੈ ਠੀਕ ਹੈ। ਨਾ ਮੇਰੀ ਗੱਲ ਸੁਣ ਬਿੰਦਰ, ਸੰਗਾ ਤੈਨੂੰ ਪਾਰਟੀ ਦੇਣੀ ਚਾਹੀਦੀ ਹੈ, ਤੇਰੇ ਵੱਡੇ ਭਾਈ ਦਾ ਜਨਮ ਦਿਨ ਹੈ। ਮੈਂ ਤਾਂ ਕਹਿੰਦੀ ਸੰਗਾ ਆਪਾਂ ਰੋਟੀ ਉੱਧਰ ਖਾਈਏ ਅੱਜ। ਕੋਈ ਗੱਲ ਨਹੀਂ ਭਾਬੀ, ਉੱਧਰ ਖਾ ਲਿਓ, ਇਹ ਕਿਹੜੀ ਗੱਲ ਹੈ? ਲੈ ਨਾਲੇ ਪਾਰਟੀ ਮੈਂ ਦੇ ਦੂੰ, ਪਾਰਟੀ ਦੀ ਗੱਲ, ਆਪਾਂ ਤਾਂ ਖੁਸ਼ੀ ਮਨਾਉਣੀ ਹੈ। ਚੱਲ ਠੀਕ ਹੈ ਫਿਰ, ਅੱਜ ਅਸੀਂ ਉੱਧਰ ਹੀ ਖਾਵਾਂਗੇ ਆਥਣੇ। ਕੋਈ ਗੱਲ ਨਹੀਂ, ਉੱਧਰ ਆਇਓ ਭਾਬੀ। ਲੈ ਯਾਰ ਉਵੇਂ ਹੀ ਮਰੀ ਜਾਂਦੀ ਹੈ ਤਾਂ, ਇਹਦਾ ਕੀ ਹੈ? ਇੱਧਰ ਆਇਓ ਯਾਰ, ਲੈ ਕਮਾਲ ਹੈ ਤੇਰਾ, ਖਰਚਾ ਤੂੰ ਜ਼ਰੂਰੀ ਕਰਾਉਣਾ ਯਾਰ, ਪਾਰਟੀ ਹੈਗਾ ਹੱਕ ਤਾਂ ਮੇਰਾ ਬਣਦਾ। ਕੋਈ ਗੱਲ ਨਹੀਂ, ਖਰਚੇ ਵਾਲੀ ਕਿਹੜੀ ਗੱਲ ਹੈ ਬਾਈ, ਤੇਰਾ ਪੈਸਾ ਹੋਇਆ ਤਾਂ ਮੇਰਾ ਹੋਇਆ, ਵੰਡਿਆ ਆਪਣਾ ਕੁਛ ਯਾਰ। ਨਾ ਨਾ ਪੁੱਤ ਸੁਖਪਾਲ, ਮਾੜੀ ਮੋਟੀ ਸੋਚ ਸਮਝ ਕੇ ਗੱਲ ਕਰੀਂਦੀ ਹੁੰਦੀ ਹੈ, ਐ ਨਹੀਂ ਕਹੀਂਦਾ ਹੁੰਦਾ। ਲੈ ਬੇਬੇ ਐਂ ਕੀ ਹੁੰਦਾ, ਜਦੋਂ ਇਹ ਕਹੀ ਜਾਂਦਾ ਵੀ ਤੇਰੇ ਪੈਸੇ ਤੇ ਮੇਰੇ ਪੈਸੇ 'ਚ ਕੁਛ ਵੰਡੇ, ਨਾਲੇ ਆਪਾਂ ਕਿਹੜਾ ਉੱਪਰੇ ਆ, ਉੱਧਰ ਵੀ ਆਪਣੀ ਘਰ ਹੈ। ਕੋਈ ਗੱਲ ਨਹੀਂ ਵਿੰਦਰ ਬਾਈ, ਤੂੰ ਪੱਕਾ ਰਹੀਂ, ਤੂੰ ਤਿਆਰੀ ਰੱਖ ਕੇ ਨਾ, ਅਸੀਂ ਆਵਾਂਗੇ ਉੱਧਰ ਹੀ ਜਨਮਦਿਨ ਮਨਾਵਾਂਗੇ ਆਪਾਂ। ਕੋਈ ਨਾ ਭਾਬੀ ਆ ਜਾਓ, ਲੈ ਮੈਂ ਕਰਦਾ ਤਿਆਰੀ, ਕੋਈ ਨਾ ਆ ਜਾਓ। ਚਲੋ ਠੀਕ ਹੈ। ਲੈ ਕਮਾਲ ਹੋ ਗਈ ਯਾਰ, ਮਾੜੀ ਮੋਟੀ ਤਾਂ ਸ਼ਰਮ ਕਰ ਲੈ ਵੀ ਜਨਮ ਦਿਨ ਮੇਰੇ ਹੈ, ਪਾਰਟੀ ਅੱਛਾ ਹੋ ਕਰੇ ਹੈ। ਫੇਰ ਕੀ ਹੋ ਗਿਆ, ਤੇਰੇ ਚਾਚੇ ਦਾ ਮੁੰਡਾ ਆਖਰ, ਉਹ ਲੋੜਾ ਤਾਂ ਨਹੀਂ ਆਉਣ ਲੱਗਾ ਕੋਈ? ਆਪਾਂ ਚੱਲਾਂਗੇ ਆਥਣੇ, ਜਨਮ ਦਿਨ ਉੱਧਰ ਹੀ ਮਨਾਵਾਂਗੇ ਆਪਾਂ। ਲੈ ਕਮਾਲ ਕਰੀ ਜਾਂਦਾ ਤੂੰ, ਮੈਂ ਤਾਂ ਉਹਨੂੰ ਪੱਕਾ ਕਹਿਤਾ ਹੁਣ ਆਪਾਂ ਜਾਣਾ ਹੈ। ਠੀਕ ਹੈ ਪੱਕਾ ਰਹੀ ਤੂੰ ਵੀ। ਕਮਾਲ ਹੈ ਯਾਰ, ਮੈਂ ਤਾਂ ਫੋਨ ਕਰਨ ਲੱਗਿਆ ਤੀ ਉਹਨੂੰ। ਖਬਰਦਾਰ ਜੇ ਉਹਨੂੰ ਫੋਨ ਕਰੇ ਆਪਣਾ ਕਲੇਸ਼ ਭੇਜੂ, ਇਹ ਮੈਂ ਤੈਨੂੰ ਦੱਸਤਾ। ਚੰਗਾ ਭਲਾ ਉਹਨੇ ਕਹਿਤਾ ਆਪਾਂ ਨੂੰ, ਆਪਾਂ ਜਾਣਾ ਉਹਨਾਂ ਦੇ ਘਰੇ। ਠੀਕ ਹੈ, ਤਿਆਰ ਹੋ ਜਾਓ। ਕਰਤੀ ਨੇ ਤਾਂ ਉਹੀ ਘਟੀਆ ਗੱਲ, ਕੀ ਕਹਿੰਦਾ ਹੋਊਗਾ ਅਗਲਾ ਦੱਸ। ਅਗਲੇ ਨੇ ਕੀ ਕਹਿਣਾ ਹੈ, ਦਿਸੀਏ ਜਾਂਦਾ ਅਗਲੇ ਨੂੰ ਸਾਰਾ ਕੁਛ। ਮੈਂ ਤਾਂ ਹੈਰਾਨ ਆਏ ਤੇ ਵੀ ਤੂੰ ਮਾੜੀ ਮੋਟੀ ਤਾਂ ਸੰਗ ਸ਼ਰਮ ਕਰ ਲੈ। ਉਹੀ ਤਾਂ ਗੱਲ ਹੈ। ਲੈ ਕਮਾਲ ਹੋ ਗਈ ਉਹਦੀ ਤਾਂ, ਐਂ ਕਹਿੰਦੀ ਹੋਊਗੀ ਸਾਡਾ ਖਰਚਾ ਨਾ ਹੋਵੇ, ਉਹਨਾਂ ਦਾ ਖਰਚਾ ਹੋਵੇ। ਤੇ ਹੋਰ ਜੱਸੇ ਬਾਈ ਨੇ ਤੇ ਤਾਈ ਨੇ ਤਾਂ ਬਥੇਰਾ ਕਿਹਾ ਵੀ ਐਂ ਠੀਕ ਨਹੀਂ ਲੱਗਦਾ ਹੈਗਾ। ਜੱਸਾ ਕਹਿੰਦਾ ਜਨਮ ਦਿਨ ਤਾਂ ਮੇਰਾ ਵੀ, ਖਰਚਾ ਬਿੰਦਰਾ ਤੂੰ ਕਰੇ, ਐਂ ਠੀਕ ਨਹੀਂ ਲੱਗਦਾ ਕਹਿੰਦਾ। ਜਾਣ ਕੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ, ਗੱਲ ਹੀ ਨਹੀਂ ਸੁਣੀ ਹੈਗੀ। ਚੱਲ ਆਪਾਂ ਦਾ ਯਾਰ ਕੋਈ ਚੱਕਰ ਨਹੀਂ ਹੈਗਾ, ਜੋ ਜੱਸਾ ਆਪਣੇ ਤੋਂ ਆਪ ਨਹੀਂ ਭੱਜਦਾ, ਲਾ ਦੂੰ ਜੇ ਮੈਂ 1000 ਲੱਗੂ ਤਾਂ ਕੀ ਗੱਲ ਹੈਗੀ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਨਾਲੇ ਮੇਰਾ ਕੀ ਘੱਸ ਜੂਗਾ। ਨਾ ਨਾ ਉਹਨਾਂ ਨਾਲ ਤਾਂ ਆਪਣਾ ਕੋਈ ਫਰਕ ਹੀ ਨਹੀਂ, ਤਾਈ ਦਾ ਸੁਭਾਅ ਵੀ ਆਪਾਂ ਨੂੰ ਪਤਾ ਹੀ ਹੈ, ਜੱਸੇ ਬਾਈ ਦਾ ਸੁਭਾਅ ਵੀ ਆਪਾਂ ਨੂੰ ਪਤਾ ਹੈ ਵਿਚਾਰੇ ਦਾ। ਗੱਲ ਤਾਂ ਇਹਦੀ ਕਰਦੇ ਆ, ਇਹ ਨਹੀਂ ਛੱਡ ਸਕਦੀ ਆਪਦੀ ਸੋਚ। ਚਲੋ ਉਹ ਤਾਂ ਤੇਰੀ ਗੱਲ ਠੀਕ ਹੈ, ਚੱਲ ਕੋਈ ਨਾ ਮੈਂ ਲਿਆਉਣਾ ਸਬਜ਼ੀ ਸੁਬਜ਼ੀ। 1.5 ਕਿਲੋ ਬਹੁਤ ਹੋਊ ਮੀਟ? ਹਾਂ ਬਹੁਤ ਹੋਊ। ਹੈਂ? ਹਾਂ ਹਾਂ ਬਹੁਤ ਹੋਊ। ਚੱਲ ਫਿਰ ਲੈ ਆਉਣਾ ਮੈਂ। ਨਾਲੇ ਮੇਰੀ ਗੱਲ ਸੁਣੋ, ਜਦੋਂ ਹੁਣ ਕਰਨ ਨਹੀਂ ਲੱਗੇ ਹੋ, ਅੱਡੇ ਤੋਂ ਨਾ ਕੇਕ ਲਿਆਇਓ, ਨਾਂ ਲਿਖਾ ਦਿਓ ਬਾਈ ਦਾ ਉੱਤੇ। ਕੋਈ ਨਾ ਲੈ ਆਊਂਗਾ। ਕਿਹਦਾ ਫੋਨ ਤੀ ਜੱਸੇ? ਬਿੰਦਰ ਦਾ।
हाँ मैं करया थी बेबे बिंदर नू मखा यार तेरा खर्चा वात हो गया रात मैनू महसूस जहा हुंदा यार मैं तेनू पैसे गूगल पे कर दिना कहना ना ना जे तू मैनू पैसे भेजते कहना मैं तो तेरे नाल बोलनों हट जू अच्छा हुण उहने कादे लेने ने बेचारे ने उही तां गल है बेबे मैनू यार महसूस जहा हुंदा वी इन्ना खर्चा हो गया बेचारे का केक लिया ही बैठे थे नाले तां फिर मीट बनाया बेचारे ने ले दस उन्हें तो बेचारे ने करना ही थी जो इन्हें कही दिता होर वह तो तेनों ही पुछते थे कहीं ताई नहीं आई मैं ताई तो कहती भी मैं तो ठंड हैगी पैनी हैगी छेती देने नाले फिर घरे नहीं है कोई पम्मी कहती मैं लिया जाके होर घरे नहीं थी फिर कोई पुत होर मैं ना ना मैं तो आप ही कहता बेबे ने भी मैं नहीं जाती हैगी भी मैं नाले तो घरे नहीं कोई है ठंड है भी नहीं तो पैनी हाँ मैं तो रुक गया आँदी तो तेन लैन फिर सुनना तो घर भी नहीं छड़ा जाता होर औखा हो जाता बार बूर डाउने पेंदे ने सारे ने होर पुत्ता मैं ताही तो आख्या सी सोनू भी आपां सारे जांदे चंगे नहीं लगते नाले मीट तो पुत्त मैं खाना नहीं सी कहता थी मैं बेबे तो इन्नी खेचला नहीं चली जाती ठंड हैगी नाले मैं दवाई लेके पै गई उतना बेबे ने कहा मैं मीट खाना थी बेचारी ने कहती कि होर सब्जी बना लेंदे पम्मी कहती ताई वास्ते मैं ना ना मैं तो खवाया है सी गाजर मटर की पई थी सवेर वाली वह खवाया है वधिया करे बेचारे ने प्रोग्राम गल तो यही है बेबे देख लै उत्थे भी ना छोटी सोच वाली गल्ल नहीं छड़िया उन्होंने कहती है कि कोई ना जिदे मेरा जन्मदिन होया उदे भी थोड़े घर करांगे पार्टी ले फिर वो की कहती उन्हें की कहना थी बेचारी ने वो कहती कर लाँगे कोई ना होर उन्हें की कहना थी ले कही जी है जे यदि बेइज्जती करी होंगी फिर तो यह ठीक रही कहती थी उन्होंने जमीनी संग मानती है तो वह बेइज्जती की करती बेचारी वो सोच थोड़ी ये वर्गी ये वर्गी तो होनी नहीं ज कि चढ़ते लेंदे थे मैंने तो नहीं लगता वो तो वधिया ने बेचारे उन्होंने की बेइज्जती करनी थी यदि होर ये तो अपनी भी बेइज्जती कराती है पता नहीं कही जी है माड़ी नीत वाली होर बेइज्जती तो कराती हैगी अगला कहता होना गुरबचन फौजी की नूह अही जी माड़ी नीत वाली अही जी पई थी अपने कर्मा च होर कहता तो हो गई अगला जे मुँह से नहीं कहता मगरों तो कहें ही है एक गुजी है सारे पिंड च तो पता है होर सही गल है आ देखी जसे मेरी मोबाइल ते मैसेज तो नहीं आया भला पिलसन पुलसन पाती उन्होंने कहना देख लें ना पुराने ने तो कोई नहीं आया बेबे पाई नहीं होनी फिर लेट कर देंगे ने पा देंगे चल दो चार दिन ना पा देंगे तो पाई देनी है लेट हो जाती है दो चार दिन कदे मांगरू पा देने कदे पहला पा देने हो जाता छुट्टी छट्टी आ जाती पा देंगे मैंने तो साढ़े बुढ़ी दी ने समझ आउंदी इन्हें मैंने बाले बारी कहता माड़ी मोटी शर्म कर लै माड़ी मोटी शर्म कर लै शर्म कर लै मेरा तो इरादा ए होना इन माड़ी मोटी अकल सिखाउणी शुरू करा मैं रोटी पानी मैं इन वधिया फड़ाउनी आ टाइम ना इनू दवाई बूटी चक्के फड़ा देनी आ दस हज़ार तो यह घट्टो घट्ट लैंदी है मैनू चार हज़ार तो दया करे हक बनता है कर दी मैं इहदे नाल गल अज तल वधिया परमात्मा ने धुप कड़ती वधिया निग जी हो गई नहीं टाइम का ही नहीं पता लगता थी पाला चढ़िया रहिंदा थी सुखपाल पुत मैनू दवाई फड़ा जांदी अज तो मैं पहले ही लेट हो रही हाँ तू आप नहीं चक पी सकती दवाई आपकी ले सकती मैं ठेका लेता है तेरा रोज रोज का दवाई फड़ाउन का ले नहीं सकती चक के आप दवाई ले अज पता नहीं इनू की हो गया किवें बुड़बुड़ कर दी जाती है मैं की करा कहिंदी रोज तेनू चल आप ही चक लियानी हाँ दवाई तो फिर लैनी हुई है सुखपाल मैं अंदर रोटी डिकी जानी हाँ तो मैंने रोटी नहीं फड़ाई की हो रहा तेनू कदे तू रोटी नहीं बनाऊंदी चाह नहीं बनाऊंदी कदे मेरे कपड़े नहीं धोंदी की हो गया मैंने तो तेरी समझ नहीं आती ना होर तेन रोटी कौन फड़ा जे तेन वाली चक्कर ना आप बना लिया कर आपकी रोटी मैं तेरी कोई नौकर तो नहीं रखी दस हजार पेंशन तो लैनी है तू जे तो मेरे पिछले चार हजार दे दिया कर अच्छा अच्छा आ गल है हूँ मैं तेन रोटी पानी फड़ा दे पैसे दया करा हाँ दया कर ता ही मैं तेन रोटी ला के दे सकती हाँ चल कोई ना तेन भरावा कल सद्या तू है भाई तू इन समझा माड़ा मोटा ये कर दिया साढ़े नाड़ियाँ बेबे को कहती कि दस हज़ार रुपया पेंशन का लैनी है तू मैनू चार हज़ार दया कर आके पिछू मैं तेन रोटी पानी फड़ाया करूँ
हूँ यदि तनखाह बननी पऊ सू बेबे की सेवा करने की। लै कमाल होगी भैने, ये तो गलत गल है तेरी। तू माड़ा मुटरा सोच कुछ। मेरी की गलत गल है? हाँ फिर बेबे 10,000 रुपया आ चार दया करे मेन बिचो, फिर की फर्क पैदा बेबे कोई। मैं भी इन्होंने परिवार की जी हाँ, यह तो मेरे ना बितकरा हो गया। फिर ले बितकरा की हो गया तेरे नाल? अगे तेन कद पैसे की घाट आने दी है? केड़ी लोड़ नहीं पूरी हुई तेरी, वधिया ऐश कर दी है तू। ऐश नू तो मैंने तू जहाज झूठे दवाते ना। देख भैने ऐ नहीं करींदा हुंदा, असी तेन समझाउण आए हैं। देख मेरी गल सुन सरबी, लगती तो मेरी भाभी है पर तू उम्र च बहुत छोटी हैगी, तेनू साड़ी गल च बोलना नहीं चाहिए, साढ़े घर का तेनू नहीं पता। चल कोई ना भैने, मैं नहीं बोलती। देख भैने मैं तो तेन यही कहूंगा तेरे वास्ते गल ठीक नहीं, वधिया तेन घर च इज्जत मान मिले, वधिया आपां नू बंदे मिले ने, तू क्यों इन्ना धक्का कर दी इन्हां नाल? मैं तेरे ना कोई धक्का नहीं करती, समा ये मेरे ना धक्का करते ने, आखिर मैं इन्हों के परिवार का जी हाँ, जे मैं 10,000 चो 4,000 दे दिया करांगे की फर्क पैंदा इनू? मेरी गल सुन लै भैने, तेन कोई 4,000 रुपया नहीं मिलता, मैं तेन दसती गल। मेरी गल सुन लै काले, पहली गल तो तेरा हक ही नहीं बनता है साढ़े घर की गल च बोलन का, ठीक है? तुसी जाओ आपके घरे, असीं आपके घर दे आप ही निबेड़ लांगे। आए किवें जाओ, सानू सद्दिया बाई ने। फिर बाई ने सद्दे, जे बाई दी सुन लै, मैनूं तां कुछ कहण दी लोड़ नहीं हैगी। मेरी तां इक्को इक गल स्पष्ट है बस, 4,000 महीने का बेबे नूं मैनूं देना पिया करूगा बस। ले पुत्ते इन्हें तो छोटी भी नहीं इज्जत रखी कोई आया दी। बस दिमाग खराब हो रहा मासी। चल जैसे दे दिया करांगे फिर 4,000। चल कोई ना फिर, होर की है ले लिया करे फिर, होर की है। चल भाई यार मैनू माफ करो यार, मेरा तो कोई बस नहीं चलता भरावा। होर भाई थोड़े सामने है, लसन तो बोलनी नहीं दिंदी। दिसी जांदा उह तां भैणे, दिसी जांदा उह तां। ताई ताई नी किवें भज्जी होनी है मम्मी, की हो गया? ताई जस्से भाई दा एक्सीडेंट हो गया। नी किथे हो गया, बू मैं मर जा, किथे हो गया? की हो गया? जस्से भाई दा एक्सीडेंट हो गया। घबराउण वाली तां कोई गल नहीं हैगी ताई, बाई च कोई कार मर गया, उत्थे एक्सीडेंट हो गया बाई दा, बाबा विंदर भी उधर दी जा ही जांदा सी, मैनूं फोन आया उहदा, कहिंदा बाई नूं उत्थे लै गया हस्पताल च असीं। बू मैं मर जा, पम्मी सट तां नहीं वाली भज्जी? ना ना सट वाली नहीं हैगी, मैं उहनां नूं पुछिया सी, उह कहिंदे ठीक ठाक है। हे मालका कृपा रखी मेरे पुत्त ते, ठीक कर दी उन्हें छेती, सट ना बेचारे दे वाली वजी होवे। परमात्मा ने हाथ दे के रख लिया ताई, मासी पट्टा कला गिट्टे दा करया सी एक्सरा, पर डॉक्टर कहंदा ना घट्टो घट एक महीना रेस्ट करनी पऊगी। चलो रेस्ट वाली केड़ी गल है, रेस्ट तो बाई जी कर लैणगे, चलो शुक्र है बचत रहेगी, हड्डी भी टुट सकती सी जां कोई होर वड्डा नुकसान हो जांदा। होर मैं तो जमा जदों बचकार टक्कर मारी ना साले ने, मैनूं तां ऐ हो गया सी वी अज तक गए। हाँ थोड़ा जी लेट होया मैं, उत्थे जिहड़े बंदे खड़े सीगे उन्होंने दस्सिया मैनू, कहिंदा कार वाले की गलती सी सारी, कहिंदा अन्ना होया हुंदा सी जमी कंजर दा। मर जाने कई तां देखदे नहीं हैगे, चल शुक्र है दातिया तेरा हाथ दे के रख लिया, बचाता परमात्मा ने पुत्त। होर मैनू तां ऐ हो गया सी, मैं गिट्टा तां मेरा टुट गया, पर चल लोट है मां सी पट्टे। चल वधिया हो गया, नहीं तां अपना खर्चा हो जाणा ती। होर ले खर्चा हो जाणा ती कहिंदी, मेरी तो जान चली थी कि तेनू खर्चे दी होई पई है। ओही तो गल है पुत्त। सही गल है बाई दी। डंगरां नू कख पाते दी बेबे? हाँ पाया ही पुत्त, मसां पाए ने, तू ही दुखन लग गई, का कट्टियां जियां खिच के लै जांदियां ने, बाला धक्का। होर तेनू तो औखा ही हो जू, मैं तो हजे महीना नहीं उठ सकता, कखां दा तो औखा ही हो जूगा, तू ना पाया कर फिर, तू कित्थों पालेगी? कम तो यह सुपाल नू करना पऊगा हुण, कख वड्डणे भी ने, कखां दा करना मैनू उरां परां लैके जाणा। सुपाल उरे आ, मैं तां इह कहिणा कख तूं पा दिया कर डंगरां नू यार, नाले वड्ड लिया कर चंगा, नाले इक बेबे नू औखा फिर हुण तैनू करना पऊगा इह कम, नाले मैनू उरां परां लैके जाणा बाथरूम वगैरह, हुण बेबे दे थोड़ी बसदर हो गया इह, तूं करिया कर इह सारे कम। लै हुण इन्ना कम मैनू करना पऊगा? होर तैनू ही करना पऊ यार, होर कौण करू, हुण बेबी थोड़ी करूगी इह। आए फिर जे मैं तो कम करवाउणा 3,000 रुपया होर लिओ मैनूं तां, सीधी जी गल है तां, जे अड्ड कम करवाउणा है तां देना पऊगा। लै कमाल करी जानी है तूं सुपाल। लै मैं की कमाल करी जानी आ, तिन मैं साईं देखभाल करनी आ, चौथी ओह कट्टी है झोटी है नाल कख वड्ढ के लिआउणे ने, तेरी भी देखभाल करनी है, 3,000 तां बणदा फिर होर कोई वाला नहीं। बर्दाश्त दी हद ही खत्म करती, मैं सदां तेरे भाई नूं सद लै, सद लै उहदा ड्रापा ना मैनूं दे, मैं कहां डरदी आ तो सद लै। लै देख लै
ਜਮੀ ਕਮਾਲ ਕਰ ਮੈਂ ਕਰਦਾ ਕਾਲੇ ਨੂੰ ਫੋਨ ਕਰ ਭਾਈ ਸੱਦ ਉਹਨਾਂ ਨੂੰ ਕਹਿੰਦੀ ਮੈਂ 3000 ਰੁਪਇਆ ਲਿਆ ਕਰੂੰ ਅੱਛਾ ਹੁਣ ਫਿਰ 3000 ਰੁਪਇਆ ਤਨਖਾਹ ਪਾਲ ਦੀਏ ਭੈਣਾ ਮੈਂ ਇਹਨੂੰ ਕੀ ਸਮਝਾਵਾਂ ਇਹਨੇ ਕਿਹੜਾ ਮੇਰੀ ਮੰਨਣੀ ਹੈ ਕਾਲੇ ਹੁਣ ਮੈਂ ਤੈਨੂੰ ਇਹਨੂੰ ਸਮਝਾਉਣ ਵਾਸਤੇ ਨਹੀਂ ਉਰੇ ਸੱਦਿਆ ਤੁਹਾਨੂੰ ਹੋਰ ਫਿਰ ਬਾਈ ਮੈਂ ਤਾਂ ਤੈਨੂੰ ਤਾਂ ਸੱਦਿਆ ਵੀ ਇਹਨੂੰ ਲੈ ਜਾਓ ਉਰੋਂ ਮੇਰਾ ਨਹੀਂ ਹੁਣ ਇਹਦੇ ਨਾਲ ਨਿਰਵਾਹ ਹੋਣਾ ਮੈਂ ਨਹੀਂ ਰੱਖਣਾ ਇਹਨੂੰ ਲੈ ਜਾਓ ਤਲਾਕ ਚਾਹੀਦਾ ਮੈਨੂੰ ਤਾਂ ਬਸ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਬਾਈ ਯਾਰ ਮੈਂ ਸੱਚ ਕਹਿੰਦਾ ਕਾਲੇ ਲੈ ਜਾਓ ਤੁਸੀਂ ਇਹਨੂੰ ਮੈਂ ਤਾਂ ਇਹਦੀ ਸ਼ਕਲ ਨਹੀਂ ਦੇਖਣੀ ਚਾਹੁੰਦਾ ਕਰੀ ਤਾਂ ਦੇਖ ਲੈਣੇ ਕੀ ਹੈ ਮੈਂ ਅਸੀਂ ਤਾਂ ਉੱਦਾਂ ਦੇ ਟਾਲਦੇ ਆਉਂਦੇ ਹਾਂ ਵੀ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਗੱਲਾਂ ਹੀ ਆਈਆਂ ਆਈਆਂ ਨੇਗੀਆਂ ਹੈ ਸ਼ੁਰੂ ਤੋਂ ਹੀ ਲਾਲਚ ਬਾਲਾ ਕਰਦੀ ਹੈ ਐਡੀ ਮਾੜੀ ਨੀਤ ਦੀ ਐਡੀ ਮਾੜੀ ਨੀਤ ਦੀ ਇੰਨੀ ਲਾਲਚੀ ਅਸੀਂ ਤਾਂ ਇਹ ਹੈਰਾਨ ਰਹਿ ਗਏ ਉੱਦਾਂ ਵੀ ਜਦੋਂ ਬੇਬੇ ਦੀ ਰੋਟੀ ਦੇ ਪੈਸੇ ਮੰਗ ਲਏ ਨੇ ਉਹ ਵੀ ਅਸੀਂ ਬੰਨ ਲਏ ਵੀ ਚੱਲ ਕੋਈ ਗੱਲ ਨਹੀਂ ਦੇ ਦਿਆ ਕਰਾਂਗੇ ਹੈ ਹੁਣ ਦੇਖ ਲੈ ਮੇਰੇ ਨਾਲ ਕੀ ਕਰੀ ਰਿਸ਼ਤੇਦਾਰ ਸਾਡੇ ਸਾਰੇ ਹਟ ਗਏ ਆਉਣੋ ਭੈਣਾਂ ਮੇਰੀਆਂ ਨਹੀਂ ਵਰਗੇੜਾ ਮਾਰਨੋਂ ਹਟ ਗਈਆਂ ਇਹਦੀ ਮਾੜੀ ਨੀਤ ਕਰਕੇ ਕਮਾਲ ਹੀ ਹੋਈ ਪਈ ਹੈ ਯਾਰ ਘਰ ਵਾਲੀ ਦੀ ਦੇਖਭਾਲ ਦੇ ਵੀ ਅੱਗੇ ਮੈਂ ਤਾਂ ਪੈਸੇ ਲਊਂਗੀ ਹੈ 3000 ਰੁਪਇਆ ਲਿਆ ਕਰੂੰਗੀ ਮੈਂ ਤਾਂ ਕਿ ਲੈ ਦੇਖ ਲੈ ਡੰਗਰਾਂ ਨੂੰ ਅੱਗੇ ਮੈਨੂੰ ਕੱਖ ਪਾਉਣੇ ਪੈਣਗੇ ਕਮਾਲ ਕਰਦੀ ਹੈ ਯਾਰ ਜੰਮੀ ਹੈ ਮੈਂ ਤੈਨੂੰ ਦੱਸਤਾ ਕਾਲੇ ਯਾਰ ਮੈਨੂੰ ਤਾਂ ਇਹਨੂੰ ਤਾਂ ਲੈ ਜਾਓ ਬਸ ਮੇਰੀ ਅੱਖਾਂ ਤੋਂ ਪਰਾਂ ਲੈ ਜਾਓ ਐਂ ਨਾ ਕਰ ਬਾਈ ਯਾਰ ਮੰਨੇ ਕਰਦੇ ਨੇ ਐਂ ਕਿਉਂ ਨਾ ਕਰੀਏ ਕਾਲੇ ਯਾਰ ਬਾਪੂ ਮੇਰਾ ਭੁੱਖ ਦੇ ਤੋੜੇ ਮਰ ਗਿਆ ਕੁੜੀਆਂ ਤਾਂ ਨਹੀਂ ਸਾਡੀਆਂ ਘਰੇ ਵੜ ਸਕਦੀਆਂ ਉਹ ਵੀ ਕਿਸੇ ਦੇ ਚਾਹ ਪਾਣੀ ਪੀਂਦੀ ਉਹਨਾਂ ਨਾਲ ਲੜ ਪੈਂਦੀ ਜਾ ਕੇ ਗਾਂ ਕਿ ਸਾਡੀਆਂ ਕੁੜੀਆਂ ਨੂੰ ਚਾਹ ਕਿਉਂ ਪਿਆਈ ਲੈ ਦੇਖ ਲੈ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਘਾਬਰੋ ਨਾ ਅਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਐਡਾ ਵੱਡਾ ਫੈਸਲਾ ਨਾ ਲਓ ਤੁਸੀਂ ਨਾ ਨਾ ਭੈਣੇ ਮੈਂ ਤਾਂ ਹੁਣ ਫੈਸਲਾ ਲੈ ਲਿਆ ਮੈਂ ਤਾਂ ਇਹ ਤੋਂ ਤਲਾਕ ਲੈਣੀ ਲੈਣਾ ਨਾ ਨਾ ਵੀਰ ਜੀ ਐ ਨਹੀਂ ਕਰਦੇ ਹੁੰਦੇ ਅਸੀਂ ਤਾਂ ਆਪ ਕਹਿੰਦੇ ਇਹਦੀ ਮਾੜੀ ਗੱਲ ਹੈ ਤੁਸੀਂ ਆਪਦਾ ਘਰ ਨਾ ਪੱਟੋ ਭੈਣੇ ਤੂੰ ਕਹੀ ਜੀਆਂ ਗੱਲਾਂ ਕਰਦੀ ਐ ਦੱਸ ਵੀ ਮਾੜਾ ਮੋਟਾ ਤਾਂ ਬੰਦੇ ਨੂੰ ਸੋਚ ਸਮਝ ਲਈਦਾ ਹੁੰਦਾ ਤੇ ਹੋਰ ਤੂੰ ਸਾਡੇ ਕੋਲ ਜਲੂਸ ਕਢਾਉਣੀ ਐ ਭੈਣੇ ਇੰਨਾ ਤੈਨੂੰ ਪੈਸੇ ਦਾ ਲਾਲਚ ਹੋ ਗਿਆ ਤੂੰ ਰਿਸ਼ਤੇ ਨਾਤੇ ਭੁੱਲ ਗਈ ਉਹੀ ਤਾਂ ਗੱਲ ਐ ਤੂੰ ਜਮੀ ਰਿਸ਼ਤੇ ਨਾਤੇ ਭੁੱਲ ਗਈ ਬਸ ਪੈਸੇ ਮੁੱਖ ਹੋ ਗਏ ਤੇਰੇ ਵਾਸਤੇ ਹੋਰ ਤੈਨੂੰ ਕੁਝ ਦਿੰਦੇ ਹੀ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਜਣਾ ਮੈਂ ਤਾਂ ਮਨ 'ਚ ਸੌਂ ਖਾਈ ਬੈਠਾ ਗੁਰੂ ਘਰ ਦੀ ਵੀ ਮੈਂ ਇਹ ਤੋਂ ਤਲਾਕ ਲੈਣੀ ਲੈਣਾ ਮੈਂ ਤਾਂ ਇਹਨੂੰ ਕਚਹਿਰੀਆਂ ਦਿਖਾਉਣੀਆਂ ਨੇ ਬਸ ਉਹ ਤੇਰੀ ਨੂੰ ਸੌਂ ਕਾਹਨੂੰ ਖਾਣੀ ਤੀ ਯਾਰ ਬਾਈ ਬੇ ਜੱਸੇ ਆ ਕੀ ਕਰਤਾ ਤੂੰ ਬੇਬੇ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਜਦੋਂ ਸੌਂ ਖਾ ਲਈ ਮੈਂ ਝੂਠੀ ਨਹੀਂ ਖਾਂਦਾ ਹੁੰਦਾ ਸੌਂ ਨਾ ਤੋੜਾਂ ਮੈਂ ਫਿਰ ਕਾਲੇ ਲੈ ਜਾਓ ਬਾਈ ਇਹਨੂੰ ਇੱਥੋਂ ਯਾਰ ਜੋ ਚੱਕ ਲਓ ਜੁੱਲੀ ਬਿਸਤਰਾ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਗਲਤੀ ਹੋ ਗਈ ਖਬਰਦਾਰ ਜੇ ਮੇਰੇ ਨਾਲ ਗੱਲ ਕਰੀਏ ਤੂੰ ਬਹੁਤ ਵਧੀਕੀਆਂ ਕਰੀਆਂ ਨੇਗੀਆਂ ਮਾਫ਼ ਕਰ ਦਿਓ ਇਹਨੂੰ ਮੈਂ ਕੋਈ ਗੱਲ ਨਹੀਂ ਸੁਣਨੀ ਤੇਰੀ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਮੈਂ ਕਿਹਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜਾ ਪੱਕ ਜਾ ਉਰੋਂ ਉੱਠ ਖੜ ਉੱਠ ਤੁਰ ਕੋਈ ਥਾਂ ਨਹੀਂ ਹੁਣ ਇਹ ਘਰ 'ਚ ਤੇਰੇ ਵਾਸਤੇ ਜਾ ਪੱਕ ਜਾ ਉੱਠ ਖੜ ਉੱਠ ਸੁਣ ਲਓ ਇਹਦੀ ਗੱਲ ਜੱਸੇ ਨੇ ਤਲਾਕ ਦੇ ਪੇਪਰ ਭੇਜਤੇ ਭੈਣ ਨੂੰ ਅੱਛਾ ਤਾਈ ਸੁਖਪਾਲ ਦੇ ਭਾਈ ਭਰਜਾਈ ਦਾ ਮੇਰੇ ਲਵੇ ਕਈ ਵਾਰੀ ਫੋਨ ਆ ਗਿਆ ਉਹ ਕਹਿੰਦੇ ਵੀ ਉਹਨੂੰ ਆਪਦੇ ਘਰੇ ਤੇ ਬਹੁਤ ਪਛਤਾਵ ਹੈ ਵੀ ਮੈਂ ਆਪਦੇ ਆਪ ਨੂੰ ਬਦਲ ਨੂੰ ਹੁਣ ਤਿਆਰ ਆ ਵੀ ਜੇ ਤੁਸੀਂ ਕਹੋ ਸੁਖਪਾਲ ਹੁਣ ਮਾਫੀ ਮੰਗਣ ਨੂੰ ਵੀ ਤਿਆਰ ਹੈ ਤੁਹਾਡੇ ਤੋਂ ਨਾ ਨਾ ਹੁਣ ਕੁਛ ਨਹੀਂ ਹੋ ਸਕਦਾ ਪੰਮੀ ਹੁਣ ਨਹੀਂ ਹੋ ਸਕਦਾ ਤਲਾਕ ਦਾ ਮੈਂ ਲੈਣੀ ਲੈਣਾ ਉਹ ਤੋਂ ਗੁਰੂ ਘਰ ਦੀ ਸਹੁੰ ਖਾਧੀ ਹੈ ਮੈਂ ਸਹੁੰ ਨਹੀਂ ਮੁੱਕਰ ਸਕਦਾ ਹਾਂ ਕੋਈ ਮਜ਼ਾਕ ਥੋੜ੍ਹੀ ਹੈ ਬਾਲੀ ਬੁਰਾ ਹਾਲ ਬਣਾਈ ਬੈਠੀ ਹੈ ਤਾਂ ਆਪਦਾ ਇਹਨੂੰ ਆਪਦੇ ਕੀਤੇ ਤੇ ਬਹੁਤ ਪਛਤਾਵਾ ਹੈ ਕਾਂਵਲਿਆਂ ਵਰਗੀ ਹੋ ਰਹੀ ਹੈ ਉਹੀ ਤਾਂ ਗੱਲ ਹੈ ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ ਥੋੜ੍ਹਾ ਸਮਝਾਇਆ ਤੀ ਆਪਾਂ ਇਹਨੂੰ ਉਦੋਂ ਫਿਰ ਆਪਣੀ ਗੱਲ ਹੀ ਨਹੀਂ ਸੁਣੀ ਇਹਨੇ ਉਹੀ ਤਾਂ ਗੱਲ ਹੈ ਹੁਣ ਮੰਨਣ ਨੂੰ ਤਿਆਰ ਨਹੀਂ ਜੱਸਾ ਟਾਈਮ ਟਪਾ ਲਿਆ ਇਹਨੇ ਹੋਰ ਇਹਨੇ ਕਚਹਿਰੀਆਂ 'ਚ ਥੋੜ੍ਹੀਆਂ ਮਿੰਨਤਾਂ ਕੱਢੀਆਂ ਉਹਦੀਆਂ ਉਹ ਮੰਨਦੀ ਨਹੀਂ ਆਪਾਂ ਵੀ ਕਿੰਨੀਆਂ ਮਿੰਨਤਾਂ ਕੱਢ ਕੇ ਦੇਖ ਲਈਆਂ ਵਿੱਚ ਬੰਦੇ ਵੀ ਪਾ ਕੇ ਦੇਖ ਲਏ ਮੰਨਦੀ ਨਹੀਂ ਹੈਗਾ ਉਹ ਜਦੋਂ ਵਕਤ ਖੁੰਝ ਜੇ ਫਿਰ ਕੀ ਬਣਦਾ ਬਸ ਵਕਤ ਖੁੰਝ ਗਿਆ ਹਾਂ Thank you.
जस्से मैं तेरे मूहरे हाथ बनती हाँ, मैनू मेरिया गलतियां का बहुत पछतावा है। मैंने एक बार माफ कर दे, मैं जिंदगी कदे लालच नहीं करती, कदे ही मैं छोटी सोच नहीं रखती। मैं घर तो बिना कितने नहीं रहना। मैंने एक बार माफ कर दे जस्से, मैं तेरे तो बिना भी रह नहीं सकती। एक बार माफ कर दे बस मैं। हूँ कुछ नहीं हो सकता, ना तेन चंगा भला पता है मैं सूर घर की सहु झूठी नहीं खाता। मैं तो हूँ तलाक इतों लेनी लेना। आ चार तरीक नीक है ना अपनी, मैं पता है जज ने तलाक मंजूर कर ही लेना अपना। बेबे मैं तेरे मूहरे हाथ बनती हाँ, तू ही कह दे किसी नू। हाड़े बेबे मेरिया गलतियां बेबे एक बार माफ कर दो बस, मैं जिंदगी कदे गलती नहीं करती, मुड़ के गलती नहीं करती बेबे। हाड़े मैं सहु खाधी है सुखपाल, मेरी सहु मूहरे बेबे भी नहीं अड़ सकती। मैं तेन दसता बस तुर जा। चक निबड़ गई अज कहानी इन्हां दी तां, अखीर जज ने तलाक दे पेपर मंजूर करी ले, कमली आपदी जिंदगी खराब करके बह गई। सही गल है यार, मैनूं तां आप नहीं समझ आउंदी हुण आपां अगे की करांगे। भाई तू? हाँ मैं काले सुखपाल नूं लैण आया। भैने भैने उठ उठ, देख कौन है। भैने उठ, देख कौन है। सुखपाल मैं तेनू लैन आया। मैं सहु गुरु घर दी आए खाधी सी, भी एक बारी ना तेथों तलाक लैके कचहरियां च तेनू अकल सिखाउणी है। आए नहीं खाधी थी भी सारी उम्र वास्ती तेरे नो रिश्ता तोड़ देना। उठ आ चलिए। आए नहीं खाधी थी भी सारी उम्र वास्ती तेरे नो रिश्ता तोड़ देना। उठ आ चलिए। मैं तेन माफ कर चुका सुखपाल, कर चुका। आ चलिए। बस 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 देख ला, मैं तो कदे सोचा भी नहीं सी सुखपाल इन्नी बदल जूगी। होर सही गल है तेरी, नाल तेरे जन्मदिन ते पार्टी रखी उन्हें आपदे घरे है, उत्तों 2-3 हज़ार रुपया खर्चा, फिर तेन इन्ना सोहना सूट दिता उन्हें। होर आ सूट घट्टो घट 2500 का तो होगा ही लाजमी, कपड़ा ही दसदा है। वाकई सुखपाल ने आपदे आप नूं पूरा बदल लिया। ना ना मननी पऊ ये गल तो भाई, बदल लिया उन्हें, बाकी आपका सुभाव बदल लिया उन्हें। यह सुखपाल ही जी आपका सुभाव बदल गई, जो कोई होर होंगी हूं इन्ना ना बदलती। होर उही तो गल है, मैनू तो पुत हूँ पानी का गिलास नहीं चक्कण दिंदी, इन्नी सेवा करती है मेरी। चल वधिया बेबे वधिया वधिया। चारे घुट बनावा, ठंड हो रही है। बना ले। बनाउनी बना ले। हाँ जी सत श्री अकाल, सलाम आदाब नमस्कार, तुसी जुड़े हो पेंडू विरसा दे नाल। हुण वारी है तुहाडी कमेंट करन वालिआं दी। गुरसेवक सिंह बुरजहरी, हरून राशिद, रजेश अलका दिल्ली, प्रभजोत रूल संगतपुरा, राजू सिंह, निर्मल सिंह रूपनगर, गुरदीप, बब्बू कोटली अबलू, मीरा चौधरी, पप्पी मौड़, गुरमेज सिंह, रमनदीप कौर संदोहा, नरेंद्र बैंस, नरेंद्र शर्मा मत्ता, रेनू रणदीप ते गगनदीप, पिंड ढोडरवाल। असी भी कट्टा बेचना जी कहिंदे, कोई गल नहीं जी भेज देंगे। जुगविंदर सिंह, रघुवीर सिंह, कुलविंदर सिंह, जॉर्डन, जगपाल गेलेवाल समराला ਅਤੇ ਸੁਖਵਿੰਦਰ ਕੌਰ, ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ। ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਪਿੰਡ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਦਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਲਦ ਮਿਲ ਜੇ ਅਤੇ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਲਓ। ਕੀ ਆਈਡੀ ਹੈ ਇੰਸਟਾਗ੍ਰਾਮ 'ਤੇ? ਪੇਂਡੂ ਫੋਰ ਵਿਰਸਾ। ਵੈਰੀ ਗੁੱਡ, ਸ਼ੇਅਰ ਜ਼ਰੂਰ ਕਰਦਾ ਕਰੋ। ਸਤਿ ਸ਼੍ਰੀ ਅਕਾਲ। ਫੇਸਬੁੱਕ 'ਤੇ ਵੀ ਜ਼ਰੂਰ ਕਰਦਾ ਕਰੋ।